अस्सलामुअलैकुम जी दोस्तों, उम्मीद करना सारे मेरे दोस्त वीर चढ़दे पंजाब तों ते कुछ लहिंदे पंजाब तों, मैं सारे दोस्तों का धन्नवाद करना। अज साडियां कुछ गल्लां जिहड़ियां ने ओह कबूतरबाजी दे हवाले नाल कीतियां जाण दियां, ते कुछ गल्लां जिहड़ियां ने उस्तादी शगिरदी दे उत्ते कीतियां जाण दियां, ते इह गल्लां तुसीं जरूर सुनिया जे। इह अज दियां साडियां गल्लां सुण के ते तुहानूं बहुत कुछ सिखण नूं मिलेगा। ते जिन्ने भी मेरे लहिंदे पंजाब तों वीर ने और चढ़दे पंजाब तों ने, मैं दिल तो उन्हां दा धन्नवाद करना जिहड़े मेरे इस यूट्यूब चैनल नाल मुहब्बत करदे ने। और मैं उन्हां नूं कबूतरबाजी दे हवाले नाल दसदा रहांगा। अज दा साडा वीडियो बनावण दा कुछ मकसद सी कि कबूतरबाजी जिहड़ी ए उह लोग घट सिखदे ने। साडा कुछ वीडियो बनावण दा दसण दा ए मकसद ए कुछ लोगां नूं कि कबूतरबाजी उहनूं कहा जांदा जिहड़ी सिखी जांदी ए। ਉਹ ਕਬੂਤਰਬਾਜ਼ੀ ਕਿੱਥੋਂ ਸਿੱਖੀ ਜਾਂਦੀ ਹੈ? ਉਹ ਕਬੂਤਰਬਾਜ਼ੀ ਜਿਹੜੇ ਅੱਛੇ ਉਸਤਾਦ ਨੇ ਉਹਨਾਂ ਕੋਲੋਂ ਸਿੱਖੀ ਜਾਂਦੀ ਹੈ। ਅੱਜ ਜਿਹੜੀ ਕਬੂਤਰਬਾਜ਼ੀ ਲੋਕ ਸਿੱਖੀ ਜਾਂਦੇ ਨੇ ਲੋਕਾਂ ਦੇ ਕੋਲੋਂ, ਉਹ ਕਬੂਤਰਬਾਜ਼ੀ ਨਹੀਂ ਸਿੱਖਦੇ ਪਏ, ਉਹ ਸਿਰਫ ਔਰ ਸਿਰਫ ਅੱਜ ਦੀਆਂ ਗੱਲਾਂ ਸਿੱਖ ਰਹੇ ਨੇ। ਤੇ ਕਬੂਤਰ ਉਡਾਉਣ ਦੇ ਜਿਹੜੀਆਂ ਨੇ ਦਵਾਈਆਂ ਦੱਸੀਆਂ ਜਾਂਦੀਆਂ ਨੇ ਉਹਨਾਂ ਦੇ ਪਿੱਛੇ ਭੱਜਦੇ ਪਏ ਨੇ। ਤੇ ਮੇਰਾ ਕੁਛ ਅੱਜ ਦਾ ਵੀਡੀਓ ਬਣਾਉਣ ਦਾ ਮਕਸਦ ਏ ਉਹਨਾਂ ਦੋਸਤਾਂ ਨੂੰ ਕੁਝ ਚੰਗੀਆਂ ਗੱਲਾਂ ਦੱਸਾਂ ਜਿਹੜੀਆਂ ਉਹਨਾਂ ਦੀ ਸਮਝ ਵਿੱਚ ਆਉਣ। ਕਬੂਤਰਬਾਜ਼ੀ ਇਹਨੂੰ ਕਹਿੰਦੇ ਨੇ ਕਿ ਜਿਹੜੀ ਅੱਛੇ ਉਸਤਾਦ ਦੇ ਕੋਲੋਂ ਸਿੱਖੀ ਜਾਂਦੀ ਹੈ। ਕੁਛ ਅਰਸਾ ਕੁਛ ਸਾਲ ਲਾ ਕੇ ਕਬੂਤਰਬਾਜ਼ੀ ਸਿੱਖੀ ਜਾਂਦੀ ਹੈ, ਅਤੇ ਉਹ ਜਿਹੜਾ ਸ਼ਗਿਰਦ ਹੁੰਦਾ ਉਹ ਆਪਣੇ ਉਸਤਾਦ ਦਾ ਇੱਕ ਆਪਣੇ ਸ਼ਹਿਰ ਦੇ ਵਿੱਚ ਇੱਕ ਨਾਂ ਬਣਾਉਂਦਾ ਕਿ ਇਹ ਸ਼ਗਿਰਦ ਫਲਾਨੇ ਉਸਤਾਦ ਹੈ, ਉਹਦੇ ਕੋਲੋਂ ਇਹਨੇ ਕਬੂਤਰਬਾਜ਼ੀ ਸਿੱਖੀ ਹੈ। ਉਹ ਪਹਿਲੇ ਵਕਤਾਂ ਦੇ ਵਿੱਚ ਜਿਹੜੀ ਕਬੂਤਰਬਾਜ਼ੀ ਸਿੱਖੀ ਜਾਂਦੀ ਸੀ ਨਾ, ਉਹ ਇਹ ਕਬੂਤਰਬਾਜ਼ੀ ਹੁੰਦੀ ਸੀ ਕਿ ਜਿਹੜੇ ਬੰਦੇ ਨੇ ਕਬੂਤਰਬਾਜ਼ੀ ਸਿੱਖਣੀ ਹੁੰਦੀ ਸੀ ਉਸਤਾਦ ਕੋਲੋਂ, ਤੋ ਕਈ ਕਈ ਦਿਨ ਜਿਹੜਾ ਕਈ ਕਈ ਮਹੀਨੇ ਕਈ ਕਈ ਸਾਲ ਉਹਦੀ ਖਿਦਮਤ ਕਰਦਾ ਸੀ। ਉਹਦੇ ਘਰ ਜਾਣਾ, ਉਹਦੇ ਕਬੂਤਰਾਂ ਨੂੰ ਦਾਣਾ ਪਾਣੀ ਪਾਉਣਾ, ਖੁੱਡੇ ਸਾਫ਼ ਕਰਨੇ, ਉਸਤਾਦਾਂ ਨੂੰ ਖਿਦਮਤ ਕਰਨੀ, ਉਹਨਾਂ ਨੂੰ ਨੱਪਣਾ ਘੁੱਟਣਾ। ਉਹਦੇ ਤੋਂ ਹਟ ਕੇ ਅਗਰ ਉਸਤਾਦ ਮਾੜਾ ਹੁੰਦਾ ਸੀ ਤਾਂ ਉਹਦੀ ਜਿਹੜੀ ਸਪੋਰਟ ਕੀਤੀ ਜਾਂਦੀ ਸੀ। ਅਗਰ ਉਸਤਾਦ ਨੇ ਕਿਤੇ ਬਾਜ਼ੀ ਛੱਡਣੀ ਹੁੰਦੀ ਸੀ ਤਾਂ ਉਹ ਜਨਾਬ ਉਦੋਂ, ਅੱਜ ਤਾਂ ਬੜਾ ਓਵਰ ਜਿਹੜਾ ਜ਼ਮਾਨਾ ਆ ਗਿਆ ਜਿਹਦੇ ਵਿੱਚ ਬਹੁਤ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਮਿਲ ਜਾਂਦੀਆਂ ਨੇ, ਅਤੇ ਉਦੋਂ ਕੁਛ ਜ਼ਮਾਨਾ ਇੰਜ ਦਾ ਸੀ ਕਿ ਲੋਕ ਸਾਈਕਲਾਂ ਦੇ ਉੱਤੇ ਦੂਰ ਦੂਰ ਦਰਾਜ਼ ਤੱਕ ਬਾਜ਼ੀ ਛੱਡਣ ਵਾਸਤੇ ਜਾਂਦੇ ਸੀ, ਅਤੇ ਉਹ ਜਿਹੜਾ ਸ਼ਗਿਰਦ ਕਬੂਤਰਬਾਜ਼ੀ ਸਿੱਖਣ ਵਾਸਤੇ ਉਸਤਾਦ ਦੇ ਕੋਲ ਹਰ ਰੋਜ਼ ਜਾਂਦਾ ਸੀ। ਉਹ ਉਸਤਾਦ ਨੂੰ ਨਵਾ ਧਵਾ ਕੇ ਸਾਈਕਲ 'ਤੇ ਬਿਠਾ ਕੇ ਅਤੇ ਉਹ ਕਈ ਕਈ ਕਿਲੋਮੀਟਰ ਉਸਤਾਦ ਨੂੰ ਲੈ ਕੇ ਜਾਂਦਾ ਸੀ ਅਤੇ ਉਸਤਾਦ ਦੀ ਖਿਦਮਤ ਕਰਦਾ ਸੀ ਕਿ ਮੈਂ ਕਬੂਤਰਬਾਜ਼ੀ ਜਿਹੜੀ ਆਪਣੇ ਇਸ ਉਸਤਾਦ ਕੋਲੋਂ ਸਿੱਖਣੀ ਹੈ।
ਉੱਥੇ ਜਾ ਕੇ ਉਸਤਾਦ ਕਬੂਤਰ ਉਡਾਉਂਦਾ ਸੀ, ਉਹਦਾ ਕਬੂਤਰ ਬਾਜ਼ੀ ਦੇ ਵਿੱਚ ਛੱਡਿਆ ਆਇਆ, ਉਹ ਚੈੱਕ ਕਰਦਾ ਸੀ ਕਿ ਮੇਰੇ ਉਸਤਾਦ ਨੇ ਅੱਜ ਇੱਥੇ ਬਾਜ਼ੀ ਦੇ ਵਿੱਚ ਇਹ ਕਬੂਤਰ ਛੱਡਿਆ, ਲਿਹਾਜ਼ਾ ਇਹ ਕਬੂਤਰ ਕਿੱਡਾ ਚੰਗਾ ਉੱਡਿਆ ਜਾਂ ਕੀ ਇਹਦੀ ਕੁਆਲਿਟੀ ਰਿਜ਼ਲਟ ਮਿਲਿਆ। ਅਤੇ ਹਾਰ ਜਿੱਤ ਇੱਕ ਕਿਸਮਤ ਦਾ ਹਿੱਸਾ ਸੀ, ਪਹਿਲੇ ਜਿਹੜਾ ਨਾ ਦੇਸੀ ਹੱਥ ਸੀ। ਅੱਜ ਵੀ ਜਿਹੜੇ ਪੁਰਾਣੇ ਉਸਤਾਦ ਦੁਨੀਆ 'ਤੇ ਹੈ ਨੇ, ਅਸੀਂ ਉਹਨਾਂ ਨੂੰ ਸਲੂਟ ਕਰਦੇ ਹਾਂ ਔਰ ਉਹਨਾਂ ਦਾ ਧੰਨਵਾਦ, ਜਿਹੜਾ ਅੱਜ ਵੀ ਆਪਣਾ ਨਾਂ ਲੈ ਕੇ ਇਸ ਦੁਨੀਆ 'ਤੇ ਚੱਲਦੇ ਪੈ ਨੇ। ਅਤੇ ਉਹ ਜਿਹੜਾ ਸ਼ਾਗਿਰਦ ਅਗਰ ਉਸਤਾਦ ਜਿੱਤਦਾ ਸੀ ਜਾਂ ਉਹ ਉਸਤਾਦ ਹਾਰਦਾ ਸੀ ਆਖਰੀ ਕਬੂਤਰਾਂ ਦੇ ਵਿੱਚ, ਅਤੇ ਉਸ ਸ਼ਾਗਿਰਦ ਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ ਸੀ ਉੱਥੋਂ। ਉਹ ਆਪਣੇ ਉਸਤਾਦ ਦੀ ਮਜ਼ੀਦ ਔਰ ਜਿਹੜੀ ਹੈ ਨਾ ਉਹ ਦੇਖਭਾਲ ਤਾਬਿਆਦਾਰੀ ਕਰਦਾ ਸੀ। ਅਤੇ ਜਿਹਦੇ ਵਿੱਚ ਉਹ ਚੰਦ ਸਾਲ ਆਪਣੇ ਉਸਤਾਦ ਦੇ ਨਾਲ ਚੱਲ ਕੇ ਉਹਦੀ ਖਿਦਮਤ ਕਰਕੇ, ਉਹਦੇ ਕਬੂਤਰਾਂ ਨੂੰ ਦਾਣਾ ਪਾ ਕੇ, ਉਹਦੇ ਖੁੱਡੇ ਸਾਫ਼ ਕਰਕੇ, ਉਸਤਾਦ ਦੀ ਖਿਦਮਤ ਕਰਕੇ, ਉਹਨਾਂ ਦਾ ਦਬਾ ਕੇ, ਉਹਨਾਂ ਦੇ ਕੋਲੋਂ ਚੰਦ ਚੀਜ਼ਾਂ ਜਿਹੜੀਆਂ ਉਹ ਹਾਸਲ ਕਰਦੇ ਸੀ ਕਿ ਜਿਹੜੀਆਂ ਉਸ ਬੰਦੇ ਦਾ ਆਪਣੇ ਸ਼ਹਿਰ ਆਪਣੇ ਦਿਹਾਤ ਦੇ ਵਿੱਚ ਇੱਕ ਨਾਂ ਬਣ ਜਾਂਦਾ ਸੀ ਕਿ ਇਹ ਫਲਾਂ ਉਸਤਾਦ ਦਾ ਸ਼ਾਗਿਰਦ ਏ ਔਰ ਬੜਾ ਕਾਬਲ ਮੁੰਡਾ ਹੈ। ਅਤੇ ਸੀ ਉਹ ਜਿਹੜੇ ਬੰਦੇ ਸੀ ਅੱਜ ਉਸਤਾਦਾਂ ਦੇ ਕੋਲੋਂ ਸਿੱਖ ਕੇ ਅਤੇ ਆਪਣੀ ਕਬੂਤਰਬਾਜ਼ੀ ਦੇ ਵਿੱਚ ਇੱਕ ਨਾਂ ਬਣਾ ਕੇ ਬੈਠੇ। ਅਤੇ ਅੱਜ ਦੇ ਦੌਰ ਦੀ ਗੱਲ ਕੀਤੀ ਜਾਵੇ, ਜਿਹੜੀ ਕਬੂਤਰਬਾਜ਼ੀ ਸਿੱਖਦੇ ਨੇ ਲੋਕ, ਉਹ ਕਬੂਤਰਬਾਜ਼ੀ ਸਿੱਖਣ ਦੇ ਹਵਾਲੇ ਨਾਲ ਉਸਤਾਦੀ ਸ਼ਾਗਿਰਦੀ ਨਹੀਂ ਕੀਤੀ ਜਾਂਦੀ। ਇਹ ਮੇਰੇ ਅੱਜ ਦੇ ਜਿਹੜੇ ਦੋਸਤ ਉਸਤਾਦ ਨੇ ਅਤੇ ਸ਼ਾਗਿਰਦ ਨੇ, ਇਹ ਉਹਨਾਂ ਵਾਸਤੇ ਬੜਾ ਵੱਡਾ ਇੱਕ ਮੈਸੇਜ ਮੈਂ ਦੱਸਣ ਜਾ ਰਿਹਾ ਕਿ ਜਿਹੜਾ ਉਹ ਦੋਸਤ ਉਸਤਾਦ ਇਸ ਮੇਰੀ ਵੀਡੀਓ ਨੂੰ ਜ਼ਰੂਰ ਗੌਰ ਕਰਨ। ਅੱਜ ਦੇ ਦੌਰ ਦੇ ਵਿੱਚ ਜਿਹੜੀ ਉਸਤਾਦੀ ਸ਼ਾਗਿਰਦੀ ਕੀਤੀ ਜਾਂਦੀ ਹੈ, ਉਹ ਉਸਤਾਦੀ ਸ਼ਾਗਿਰਦੀ ਜਿਹੜੀ ਕੀਤੀ ਜਾਂਦੀ ਉਹ ਦੋ ਚੀਜ਼ਾਂ ਦੇ ਉੱਤੇ ਕੀਤੀ ਜਾਂਦੀ ਹੈ। ਅੱਜ ਉਸਤਾਦੀ ਸ਼ਾਗਿਰਦੀ ਉਸ ਉਸਤਾਦ ਦੀ ਕੀਤੀ ਜਾਂਦੀ ਹੈ ਜਿਹਦਾ ਗੋਲੀ ਪਾਣੀ ਚੰਗਾ ਹੈ। ਦੂਸਰੀ ਉਸਤਾਦੀ ਸ਼ਾਗਿਰਦੀ ਕੀਤੀ ਜਾਂਦੀ ਹੈ ਜਿਸ ਉਸਤਾਦ ਦੇ ਕਬੂਤਰ ਚੰਗੇ ਨੇ। ਉਸ ਉਸਤਾਦੀ ਸ਼ਾਗਿਰਦੀ ਬੰਦੇ ਨਾਲ ਕੀਤੀ ਜਾਂਦੀ ਹੈ ਕਿਸ ਤਰੀਕੇ ਦੀ ਕੀਤੀ ਜਾਂਦੀ ਹੈ ਕਿ ਉਹ ਇੱਕ ਆਪਣੇ ਦਿਲ ਦੇ ਮਾਇੰਡ ਦੇ ਵਿੱਚ ਪ੍ਰੋਟੋਗੰਡਾ ਇਹ ਬਣਾਉਂਦੇ ਨੇ ਕਿ ਅਸੀਂ ਇਸ ਬੰਦੇ ਨਾਲ ਉਸਤਾਦੀ ਸ਼ਾਗਿਰਦੀ ਇੰਜ ਕਰਨੀ ਹੈ ਕਿ ਇਸ ਬੰਦੇ ਦੇ ਕਬੂਤਰ ਬੜੇ ਚੰਗੇ ਨੇ, ਲਿਹਾਜ਼ਾ ਉਸਤਾਦੀ ਸ਼ਾਗਿਰਦੀ ਕਰਕੇ ਇਸ ਬੰਦੇ ਦੇ ਕੋਲੋਂ ਇੱਕ ਦੋ ਜੋੜੇ ਅਸੀਂ ਠੱਗ ਲਈਏ ਜਾਂ ਇਹਦੇ ਕੋਲੋਂ ਕੱਢ ਲਈਏ, ਅਤੇ ਲਿਹਾਜ਼ਾ ਬਾਅਦ 'ਤੇ ਅਸੀਂ ਇਸ ਬੰਦੇ ਕੋਲੋਂ ਹੋਰ ਕੀ ਲੈਣਾ, ਇਸ ਬੰਦੇ ਕੋਲੋਂ ਅਸੀਂ ਹੋਰ ਕੀ ਲੈਣਾ ਦੇਣਾ। ਉਸ ਬੰਦੇ ਦਾ ਇੱਕ ਇਹ ਮਿਸ਼ਨ ਹੁੰਦਾ ਹੈ ਉਸਤਾਦੀ ਸ਼ਾਗਿਰਦੀ ਕਰਨ ਦਾ। ਇੱਕ ਉਸਤਾਦ ਦੀ ਸ਼ਾਗਿਰਦੀ ਕਰਦਾ ਸਿਰਫ ਗੋਲੀ ਪਾਣੀ ਦੀ, ਉਹ ਉਸਤਾਦ ਦੀ ਸ਼ਾਗਿਰਦੀ ਕਰਨ ਤੋਂ ਚੰਦ ਦਿਨਾਂ ਦੇ ਬਾਅਦ ਉਹ ਉਸਤਾਦ ਨੂੰ ਸਬਜ਼ ਬਾਗ ਐਸੇ ਐਸੇ ਵਹਾਂਦਾ ਉਹ ਸ਼ਾਗਿਰਦ ਕਿ ਮੇਰਾ ਉਸਤਾਦ ਜਿਹੜਾ ਉਹ ਮੇਰੇ 'ਤੇ ਮਿਹਰਬਾਨ ਹੋ ਕੇ ਅਤੇ ਮੈਨੂੰ ਕੁਛ ਐਸੀਆਂ ਚੀਜ਼ਾਂ ਉਹ ਦੱਸ ਦੇਵੇ ਜਿਹਦੀ ਵਜ੍ਹਾ ਤੋਂ ਮੈਂ ਚੰਦ ਦਿਨਾਂ ਦੇ ਵਿੱਚ ਇੱਕ ਆਪਣਾ ਨਾਂ ਬਣਾ ਲਵਾਂ ਅਤੇ ਰੁਤਬਾ ਬਣਾ ਲਾਂ ਅਤੇ ਉਸਤਾਦ ਨੂੰ ਮੈਂ ਛੱਡ ਦੇਵਾਂ, ਕਿਉਂਕਿ ਉਹ ਆਪਣਾ ਖੇਲ ਪਾਣੀ ਹਾਸਲ ਕਰਨ ਦੀ ਵਜ੍ਹਾ ਤੋਂ ਉਸਤਾਦੀ ਸ਼ਾਗਿਰਦੀ ਕਰ ਰਿਹਾ ਹੁੰਦਾ। ਲਿਹਾਜ਼ਾ ਕੁਛ ਦੋਸਤ ਐਸੇ ਵੀ ਨੇ ਜਿਹੜੀਆਂ ਅਸੀਂ ਵੀ ਉਸਤਾਦੀਆਂ ਸ਼ਾਗਿਰਦੀਆਂ ਕੀਤੀਆਂ, ਇੰਝ ਦੀਆਂ ਹੀ ਕੀਤੀਆਂ ਲੋਕਾਂ ਨੇ ਸਾਡੇ ਨਾਲ ਵੀ ਕਿ ਜਿਹੜੇ ਸਾਡੇ ਨਾਲ ਕਬੂਤਰਾਂ ਦੀ ਵਜ੍ਹਾ ਤੋਂ ਉਹਨਾਂ ਕੁਛ ਉਸਤਾਦੀਆਂ ਸ਼ਾਗਿਰਦੀਆਂ ਕੀਤੀਆਂ। ਲਿਹਾਜ਼ਾ ਅਸੀਂ ਉਹ ਬੰਦਿਆਂ ਦਾ ਦੱਸਣਾ ਅਗਰ ਚਾਹੀਏ ਤਾਂ ਦੱਸ ਵੀ ਸਕਦੇ ਹਾਂ ਮੀਡੀਆ 'ਤੇ। ਲਿਹਾਜ਼ਾ ਅਗਰ ਅੱਲਾਹ ਤਾਲਾ ਇਹ ਦੱਸਦਾ ਕਿ ਅਗਰ ਕਿਸੇ ਦੇ ਤੁਸੀਂ ਐਬ ਦੇ ਉੱਤੇ ਪੜਦਾ ਪਾਓ ਦੇ ਨਾ, ਤੇ ਅੱਲਾਹ ਤਾਲਾ ਪਤਾ ਨਹੀਂ ਤੁਹਾਡੇ 'ਤੇ ਕਿੱਡਾ ਖੁਸ਼ ਹੋਵੇਗਾ। ਲਿਹਾਜ਼ਾ
कुछ इंज दियां साढ़े नाल भी उस्तादियां शगिरदियां कीतियां गईयां कि जिहड़ियां असीं मेहनत करके उस्तादां दे पिछे धक्के खा के लखां रुपये उजाड़ के ते असीं कबूतरबाजी सिख ते असीं खेल पाणी उस्तादां को लै के ते अज असीं इस दुनिया दे उत्ते इक नां बना के बैठे आ। ते ओह असीं जिहड़ा नां बना के और कबूतर असीं अपने बना के बैठे आ ते कुछ साढ़े नाल भी उस्तादियां शगिरदियां इंज दियां लोगां ने कीतियां कि 1,000-2,000 रुपया ला के एक साफा किलो 2 किलो मठियाई लिया के ते ओह साढ़े गल दे विच पा के ते अपना सानू उस्ताद मन के ते साढ़े कोलों लखां रुपया दे जिहड़े जोड़े साढ़े कोलों ओह लै के ते ओह चले गए। दोबारा बाद ते साढ़े उन्हां नंबर ही ब्लैकलिस्ट 'च ला दिते और साढ़े नाल राबते भी करने नहीं उन्हां मुनासिब समझे। अज दी जिहड़ी उस्तादी शगिरदी लोग करदे ने सिर्फ ओह इस गल्लां दीआं करदे ने कि कबूतरबाजी ओह सिखण वास्ते नहीं आंदे। अज कल दे जिहड़े शगिरद होवण वास्ते आंदे ने ओह उस्तादां नूं इक सबक दसण वास्ते आंदे ने कि तुसीं जिहड़े बंदे नाल भी उस्तादी शगिरदी करो उहदे नाल ओह सोच समझ के उस्तादी शगिरदी करो कि क्या ये बंदा तोड़े नाल चलन आला है या नहीं। अज दियां मैनूं तुहानूं ये गल्लां दसण दा कुछ मकसद ये आ, कुछ गल्लां तुहाडे नाल करन दा मकसद मेरा ये आ कि अज कल जिहड़ी उस्तादी शगिरदी हो रही है ये इंज दी नहीं होनी चाहीदी। अगर तुसीं उस्तादी शगिरदी करनी चाहते जे तो उस बंदे नूं तुसीं अपने नाल 2-4 साल वैसे रखो, ਉਹਨੂੰ ਆਪਣੇ ਨਾਲ ਚਲਾਓ। ਉਹ ਤੁਹਾਡੇ ਨਾਲ ਅਗਰ ਉਹ ਬੰਦਾ ਮੁਖਲਸ ਹੋਵੇਗਾ ਔਰ ਤੁਹਾਡੇ ਨਾਲ ਇਨਸ਼ਾਲਾ ਉਹ ਚੱਲੇਗਾ। ਅਗਰ ਉਹ ਬੰਦਾ 2 ਨੰਬਰ ਗਲਤ ਬੰਦਾ ਹੋਵੇਗਾ, ਅਗਰ ਉਹਦੀ ਗਲਤ ਸੋਚ ਹੋਵੇਗੀ ਕਿ ਉਹ ਤੁਹਾਡੇ ਨਾਲ ਕਦਨ ਵੀ ਤੁਰਨ ਵਾਸਤੇ ਤਿਆਰ ਨਹੀਂ ਹੋਵੇਗਾ, ਕਿਉਂਕਿ ਉਹ ਉਹਨੂੰ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਜਿਸ ਮਕਸਦ ਵਾਸਤੇ ਤੁਹਾਡੇ ਨਾਲ ਉਸਤਾਦੀ ਸ਼ਗਿਰਦੀ ਕਰਨ ਜਾ ਰਿਹਾ ਤੇ ਉਹਦੀਆਂ ਜਦੋਂ ਚੀਜ਼ਾਂ ਹੀ ਨਹੀਂ ਪੂਰੀਆਂ ਹੋਣਦੀਆਂ, ਜਦੋਂ ਤੁਸੀਂ ਉਹਨੂੰ ਉਸਤਾਦੀ ਸ਼ਗਿਰਦੀ ਦੇ ਵਿੱਚ ਆਦੀ ਦੇ ਲਿਆਵੋ ਦੇ ਨਹੀਂ, ਉਹਨੂੰ ਕੁਛ ਚੀਜ਼ਾਂ ਦੇਵੋ ਦੇ ਨਹੀਂ, ਤੇ ਉਹ ਤੁਹਾਡੇ ਨਾਲ 2-4 ਦਿਨ ਚੱਲਣ ਤੋਂ ਬਾਅਦ ਉਹ ਭੱਜ ਜਾਏਗਾ। ਜਦੋਂ ਉਹ ਬੰਦਾ ਭੱਜ ਜਾਏਗਾ ਤੇ ਤੁਹਾਡੇ ਨਾਲ ਉਹਨੇ ਰਾਬਤਾ ਕਾਹਨੂੰ ਕਰਨਾ। ਅਤੇ ਅੱਜ ਦੀਆਂ ਜਿਹੜੀਆਂ ਲੋਕਾਂ ਉਸਤਾਦੀਆਂ ਸ਼ਗਿਰਦੀਆਂ ਕਰਨਾ ਸ਼ੁਰੂ ਕੀਤੀਆਂ ਨੇ ਉਹ ਇੰਝ ਦੀਆਂ ਉਸਤਾਦੀਆਂ ਸ਼ਗਿਰਦੀਆਂ ਲੋਕ ਕਰਦੇ ਨੇ ਕਿ ਲੋਕ ਜਿਹੜੇ ਉਸਤਾਦ ਸਾਲਾਂ ਤੋਂ ਉਸਤਾਦਾਂ ਦੀਆਂ ਖਿਦਮਤਾਂ ਕਰਕੇ, ਉਸਤਾਦਾਂ ਦੇ ਖੁੱਡੇ ਸਾਫ਼ ਕਰਕੇ, ਕਬੂਤਰਾਂ ਦੇ ਲੋਕਾਂ ਦੀਆਂ ਉਸਤਾਦਾਂ ਦੀਆਂ ਇੰਨੀਆਂ ਖਿਦਮਤਾਂ ਕਰਨ ਤੋਂ ਬਾਅਦ ਅਗਰ ਉਹਨਾਂ ਨੇ ਕਬੂਤਰ ਹਾਸਲ ਕੀਤੇ ਨੇ, ਉਹਨਾਂ ਖੇਡ ਪਾਣੀ ਹਾਸਲ ਕੀਤਾ, ਲੱਖਾਂ ਰੁਪਈਏ ਉਸਤਾਦਾਂ ਪਿੱਛੇ ਉਜਾੜ ਕੇ, ਉਸਤਾਦਾਂ ਦੇ ਪਿੱਛੇ ਗੱਡੀਆਂ ਮੋਟਰਸਾਈਕਲਾਂ ਭਜਾ ਕੇ ਅਗਰ ਉਹਨਾਂ ਕੁਛ ਹਾਸਲ ਕੀਤਾ ਤੇ ਮੇਰਾ ਇਹ ਮੈਸੇਜ ਹੈ ਉਹਨਾਂ ਦੋਸਤਾਂ ਵਾਸਤੇ, ਮੈਂ ਬੇਨਤੀ ਕਰਨਾ ਉਹਨਾਂ ਲੋਕਾਂ ਦੀ ਹੱਥ ਜੋੜ ਕੇ ਕਿ ਇੰਜ ਦੀਆਂ ਉਸਤਾਦੀਆਂ ਸ਼ਗਿਰਦੀਆਂ ਨਾ ਕਰੋ ਜਿੰਦੀ ਵਜ੍ਹਾ ਤੋਂ ਕੱਲ ਨੂੰ ਤੁਸੀਂ ਖੁਦ ਵੀ ਬਦਨਾਮ ਹੋਵੋ ਤੇ ਔਰ ਤੁਹਾਡੇ ਉਸਤਾਦ ਜਿਹੜੇ ਨੇ ਉਹ ਇਹ ਗੱਲਾਂ ਦੱਸਣ ਵਾਸਤੇ ਮਜਬੂਰ ਹੋ ਜਾਵਣ ਕਿ ਫਲਾਂ ਬੰਦਾ ਫਲਾਨੇ ਸ਼ਹਿਰ ਦਾ, ਉਹਦਾ ਫਲਾਨਾ ਬਾਪ ਉਹਨੇ ਮੇਰੇ ਨਾਲ ਫਲਾਂ ਜਿਹੜਾ ਉਹ ਕੰਮ ਕੀਤਾ ਤੇ ਜਿੰਦੀ ਵਜ੍ਹਾ ਤੋਂ ਤੁਹਾਡਾ ਇੱਕ ਪੰਜਾਬ ਦੇ ਵਿੱਚ ਨਸਲਟ ਹੋ ਜਾਵੇ। ਕੋਈ ਬੰਦਾ ਦੋਸਤ, ਕੋਈ ਉਸਤਾਦ ਤੁਹਾਨੂੰ ਆਪਦੀ ਸ਼ਗਿਰਦੀ ਦੇ ਵਿੱਚ ਲੈਣ ਵਾਸਤੇ ਤਿਆਰ ਨਹੀਂ ਹੋਵੇਗਾ ਤੁਹਾਡੇ ਇਸ ਕਰਦਾਰ ਤੋਂ। ਅਤੇ ਲਿਹਾਜ਼ਾ ਅੱਜ ਦੀ ਜਿਹੜੀ ਕਬੂਤਰਬਾਜ਼ੀ ਹੈ, ਇਹ ਕਬੂਤਰਬਾਜ਼ੀ ਹਮੇਸ਼ਾ ਤੋਂ ਉਸ ਉਸਤਾਦਾਂ ਦੇ ਸ਼ਗਿਰਦ ਬਣੋ ਜਿਨ੍ਹਾਂ ਦਾ ਅੱਜ ਚੜ੍ਹਦੇ ਪੰਜਾਬ ਦੇ ਵਿੱਚ ਨੇ ਅਗਰ ਦੋਸਤ, ਅਗਰ ਲਹਿੰਦੇ ਪੰਜਾਬ ਦੇ ਵਿੱਚ ਨੇ, ਜਿਨ੍ਹਾਂ ਦਾ ਕਬੂਤਰਬਾਜ਼ੀ ਦੇ ਵਿੱਚ ਕੋਈ ਕਰਦਾਰ ਹੈ, ਜਿਨ੍ਹਾਂ ਲੋਕਾਂ ਨੂੰ ਕਬੂਤਰਬਾਜ਼ੀ ਦਾ ਕੁਛ ਪਤਾ, ਅੱਜ ਸਾਡੇ ਰੰਗੇ
ਬੜੇ ਮੀਡੀਆ ਦੇ ਉੱਤੇ ਬਹਿ ਕੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਲੋਕਾਂ ਨੂੰ ਦੱਸ ਕੇ ਉਹਨਾਂ ਨੂੰ ਸ਼ਬਦ ਬਾਗ ਵਹਾ ਕੇ ਤੇ ਲੁੱਟਿਆ ਜਾਂਦਾ, ਲੱਖਾਂ ਰੁਪਈਏ ਉਹਨਾਂ ਕੋਲੋਂ ਲੁੱਟੇ ਜਾਂਦੇ ਨੇ। ਤੇ ਇਸ ਗੱਲ ਤੋਂ ਕਿ ਅਸੀਂ ਬੜੇ ਲੈਜੜ ਉਸਤਾਦ ਹਾਂ, ਇੱਕ ਸਾਡਾ ਬੜਾ ਰੁਤਬਾ, ਤੇ ਜਦੋਂ ਕੋਈ ਦੋਸਤ ਵੀਰ ਉਹਦਾ ਉਹ ਨਾਂ ਪਤਾ ਕਰਦੇ ਨੇ, ਉਸ ਲੈਜੜ ਦਾ ਪਤਾ ਕਰਵਾਉਂਦੇ ਨੇ, ਤੇ ਉਹ ਲਫ਼ਜ਼ਾਂ ਦੇ ਵਿੱਚ ਕੁਛ ਇੰਜ ਦਾ ਦੱਸਿਆ ਜਾਂਦਾ ਹੈ ਕਿ ਇਸ ਬੰਦੇ ਨੂੰ ਤੇ ਇਹਦੇ ਪਿੰਡ ਦੇ ਵਿੱਚ ਕੋਈ ਨਹੀਂ ਜਾਣਦਾ, ਤੇ ਬਾਕੀ ਹੋਰ ਤੇ ਬੜੀ ਦੂਰ ਦੀ ਗੱਲ ਹੈ। ਹਮੇਸ਼ਾ ਤੋਂ ਉਸ ਉਸਤਾਦ ਦੀ ਉਸਤਾਦੀ ਸ਼ਗਿਰਦੀ ਕਰੋ ਜਿਹੜਾ ਇਸ ਚੀਜ਼ਾਂ ਨੂੰ ਸਮਝਦਾ ਹੋਵੇ, ਜਿਹੜਾ ਤੁਹਾਨੂੰ ਕੱਲ ਨੂੰ ਕਬੂਤਰਬਾਜ਼ੀ ਦੇ ਵਿੱਚ ਕੁਛ ਅੱਛਾ ਦੱਸ ਸਕੇ। ਤੇ ਮੈਂ ਅੱਜ ਉਹਨਾਂ ਦੋਸਤਾਂ ਦੀ ਅੱਗੇ ਹੱਥ ਜੋੜ ਕੇ ਇੱਕ ਰਿਕੁਐਸਟ ਕਰਨਾ ਕਿ ਹਮੇਸ਼ਾ ਆਪਣੇ ਉਸਤਾਦਾਂ ਦੀ ਕਦਰ ਕਰੋ। ਅਗਰ ਕਬੂਤਰਬਾਜ਼ੀ ਦੇ ਵਿੱਚ ਤੁਸੀਂ ਕੁਛ ਸਿੱਖਣਾ ਚਾਹੁੰਦੇ ਜੇ, ਅੱਗੇ ਜਾਣਾ ਚਾਹੁੰਦੇ ਜੇ, ਕੁਛ ਆਪਣਾ ਦੁਨੀਆ 'ਤੇ ਇੱਕ ਨਾਂ ਬਣਾਉਣਾ ਚਾਹੁੰਦੇ ਜੇ, ਉਸਤਾਦਾਂ ਦੀ ਕਦਰ ਕਰੋ। ਜਦੋਂ ਤੁਸੀਂ ਆਪਣੇ ਉਸਤਾਦਾਂ ਦੀ ਕਦਰ ਕਰੋ ਦੇ ਅਤੇ ਉਹਨਾਂ ਉਸਤਾਦਾਂ ਦੇ ਕੋਲੋਂ, ਤੁਹਾਡੇ ਕੋਲੋਂ ਬਿਨਾਂ ਮੰਗਿਆ ਉਸਤਾਦਾਂ ਕੋਲੋਂ ਸਾਰਾ ਕੁਛ ਤੁਹਾਨੂੰ ਮਿਲ ਜਾਏਗਾ। ਉਸਤਾਦਾਂ 'ਤੇ ਖਰਚ ਕਰੋ, ਉਹਨਾਂ ਨਾਲ ਮੁਹੱਬਤ ਕਰੋ, ਹਰ ਵਕਤ ਉਸਤਾਦਾਂ ਦੇ ਨਾਲ ਤੁਸੀਂ ਰਾਬਤੇ ਦੇ ਵਿੱਚ ਰਹੋ, ਜਿਹਦੀ ਵਜ੍ਹਾ ਤੋਂ ਉਸਤਾਦਾਂ ਦੇ ਦਿਲ 'ਚ ਤੁਹਾਡੇ ਵਾਸਤੇ ਜ਼ਿਆਦਾ ਮੁਹੱਬਤ ਪੈਦਾ ਹੋ ਜਾਏਗੀ। ਉਹ ਉਸਤਾਦ ਤੁਹਾਨੂੰ ਕੁਛ ਐਸੀਆਂ ਚੀਜ਼ਾਂ ਦੱਸ ਜਾਣਦੇ ਕਿ ਜਿਹੜੀਆਂ ਤੁਹਾਡੀਆਂ ਆਉਣ ਵਾਲੇ ਵਕਤ ਦੇ ਵਿੱਚ ਉਹ ਕੰਮ ਆਉਂਦੀਆਂ ਰਹਿੰਦੀਆਂ। ਅੱਜ ਕੁਛ ਲੋਕ ਐਸੇ ਨੇ ਉਸਤਾਦੀਆਂ ਸ਼ਗਿਰਦੀਆਂ ਕਰਨ ਤੋਂ ਬਾਅਦ ਵੀ ਉਹ ਇੰਜ ਦੇ ਅਧੂਰੇ ਨੇ ਕਿ ਉਹ ਹਰ ਇੱਕ ਦਾ ਬੂਹਾ ਖੜਕਾਉਂਦੇ ਫਿਰਦੇ ਨੇ, ਕਦੀ ਉਸ ਬੰਦੇ ਦਾ, ਕਦੀ ਉਸ ਉਸਤਾਦ ਦਾ, ਕਿ ਮੈਨੂੰ ਤੁਸੀਂ ਕੋਈ ਇਹ ਫਲਾਨੀ ਸ਼ਹਿ ਦੱਸਿਆ ਜੇ, ਫਲਾਨੀ ਸ਼ਹਿ ਦੱਸਿਆ ਜੇ, ਫਲਾਂ ਮੈਂ ਇੰਜ ਕਰਨਾ, ਮੈਨੂੰ ਉਹਦੇ ਬਾਰੇ ਗਾਈਡ ਕਰਿਆ ਜੇ। ਕਿਉਂ ਕਿ ਉਹਨਾਂ ਆਪਣੇ ਉਸਤਾਦਾਂ ਦੇ ਨਾਲ ਗਲਤ ਤਰੀਕੇ ਇਖਤਿਆਰ ਕੀਤੇ ਹੁੰਦੇ ਨੇ ਅਤੇ ਉਸਤਾਦ ਉਹਨਾਂ ਨੂੰ ਛੱਡ ਦਿੰਦੇ ਨੇ। ਅਤੇ ਅਗਰ ਉਹ ਇਸ ਮੂੰਹ ਦਿਖਾਉਣ ਦੀ ਖਾਤਰ ਫਿਰ ਉਹ ਲੋਕਾਂ ਦੇ ਦਰ 'ਤੇ ਧੱਕੇ ਖਾਂਦੇ ਨੇ ਕਿ ਸਾਨੂੰ ਕੋਈ ਉਸ ਬੰਦਿਆਂ ਨੂੰ ਫਿਰ ਕੋਈ ਦੱਸਣ ਵਾਸਤੇ ਤਿਆਰ ਹੀ ਨਹੀਂ ਹੁੰਦਾ, ਕਿਉਂਕਿ ਉਹ ਬੰਦੇ ਵਜ਼ਾਹਤ ਨਾਲ ਸਮਝ ਜਾਂਦੇ ਨੇ ਕਿ ਇਹ ਫਲਾਂ ਬੰਦਾ ਫਲਾਂ ਬੰਦੇ ਦਾ ਸ਼ਗਿਰਦ ਸੀ ਅਤੇ ਇਸ ਬੰਦੇ ਨੇ ਆਪਣੇ ਉਸਤਾਦ ਦੇ ਨਾਲ ਫਲਾਂ ਜਿਹੜੇ ਵਕਤ ਦੇ ਵਿੱਚ ਇਸ ਬੰਦੇ ਨੇ ਇੱਕ ਹੱਥ ਕੀਤਾ ਸੀ, ਜਿਹਦੀ ਵਜ੍ਹਾ 'ਤੇ ਉਸ ਉਸਤਾਦ ਨੇ ਇਹਨੂੰ ਛੱਡ ਦਿੱਤਾ ਅਤੇ ਉਹ ਬੰਦੇ ਫਿਰ ਦਰ ਦਰ ਦੀਆਂ ਠੋਕਰਾਂ ਖਾਂਦੇ ਨੇ। ਫਿਰ ਉਹਨਾਂ ਨੂੰ ਨਾ ਤਾਂ ਕੋਈ ਦੱਸਦਾ ਅਤੇ ਨਾ ਉਸ ਬੰਦੇ ਨੂੰ ਕੋਈ ਕੋਲ ਬਿਠਾਉਂਦਾ, ਇਸ ਵਜ੍ਹਾ ਤੋਂ ਕਿ ਇਹ ਬੰਦਾ ਠੀਕ ਨਹੀਂ ਹੈਗਾ ਅੰਦਰੋਂ, ਜਿਹਦੀ ਵਜ੍ਹਾ ਤੋਂ ਇਹਦੇ ਉਸਤਾਦ ਨੇ ਇਹਨੂੰ ਆਪਣੀ ਉਸਤਾਦੀ ਸ਼ਗਿਰਦੀ 'ਚੋਂ ਖਤਮ ਕਰ ਦਿੱਤਾ। ਅਤੇ ਅੱਜ ਮੈਂ ਉਸ ਦੋਸਤਾਂ ਦੇ ਅੱਗੇ ਇੱਕ ਮੈਸੇਜ ਇਹ ਆ ਕਿ ਲਿਹਾਜ਼ਾ ਜਿਹੜੇ ਉਸਤਾਦ ਨੇ ਉਹ ਆਪਣੇ ਸ਼ਗਿਰਦਾਂ ਦੇ ਨਾਲ ਇੱਕ ਮੁਹੱਬਤ ਕਰਨ, ਸ਼ਫਕਤ ਕਰਨ, ਔਰ ਉਹਨਾਂ ਨੂੰ ਦੱਸਣਾ ਚਾਹੀਦਾ। ਅਗਰ ਸ਼ਗਿਰਦ ਉਸਤਾਦੀ ਸ਼ਗਿਰਦੀ ਦੇ ਵਿੱਚ ਆਉਂਦਾ ਤਾਂ ਉਹ ਕਿਸ ਵਜ੍ਹਾ ਤੋਂ ਆਉਂਦਾ? ਉਹ ਸਿੱਖਣ ਵਾਸਤੇ ਹੀ ਆਉਂਦਾ। ਅਤੇ ਮੇਰੀ ਅੱਜ ਦੀ ਰਿਕੁਐਸਟ ਉਹਨਾਂ ਦੋਸਤਾਂ ਦੇ ਅੱਗੇ, ਉਹਨਾਂ ਉਸਤਾਦਾਂ ਦੇ ਅੱਗੇ ਆ ਕਿ ਜਿਹੜੇ ਦੋਸਤ ਆਪਣੇ ਉਸਤਾਦ ਫੜਦੇ ਨੇ ਅਤੇ ਉਸ ਉਸਤਾਦਾਂ ਨੂੰ ਵੀ ਚਾਹੀਦਾ ਕਿ ਆਪਣੇ ਸ਼ਗਿਰਦ ਨੂੰ ਕੁਛ ਦੱਸਣਾ। ਇਸ ਦੁਨੀਆ ਤੋਂ ਜਦੋਂ ਅਸੀਂ ਟੁਰ ਜਾਣਾ, ਚਲੇ ਜਾਣਾ ਅਤੇ ਸਾਰਾ ਇੱਥੇ ਹੀ ਰਹਿ ਜਾਣਾ, ਉਹ ਕਿਤਾਬਾਂ, ਉਹ ਚੀਜ਼ਾਂ ਦੱਸੀਆਂ ਜਿਹੜੀਆਂ ਸਾਡੀਆਂ ਬੁੱਕਾਂ ਦੇ ਉੱਤੇ, ਕਿਤਾਬਾਂ 'ਤੇ ਲਿਖੀਆਂ ਹੋਈਆਂ ਨੇ, ਉਹ ਜਿੱਥੇ ਪਈਆਂ ਨੇ ਉੱਥੇ ਹੀ ਵਰਕੇ ਕਾਲੇ ਹੋ ਜਾਣੇ ਨੇ। ਅਤੇ ਉਸ ਚੀਜ਼ਾਂ ਦਾ ਸਾਨੂੰ ਕਾਲੇ ਕੀਤਿਆਂ ਦਾ ਕੋਈ ਫਾਇਦਾ ਨਹੀਂ, ਫਾਇਦਾ ਸਾਨੂੰ ਉਸ ਚੀਜ਼ਾਂ ਦਾ ਕਿ ਜਿਹੜੇ ਅਸੀਂ ਆਪਣੇ ਦੋਸਤਾਂ ਦੇ ਸ਼ਗਿਰਦਾਂ ਨੂੰ ਉਹ ਚੀਜ਼ਾਂ ਦੱਸ ਜਾਵਾਂਗੇ। ਅਤੇ ਆਉਣ ਵਾਲੇ ਵਕਤ ਦੇ ਵਿੱਚ ਸਾਡਾ ਉਹ ਮਾਫਰਤ ਦੀ ਜਿਹੜੀ ਹੈ ਉਹ ਦੁਆ ਬਣ ਜਾਵੇ ਦੀ ਕਿ ਸਾਡੇ ਗੁਜ਼ਰ ਜਾਣ ਤੋਂ ਬਾਅਦ ਉਹ ਦੋਸਤ ਹੱਥ ਚੁੱਕ ਅਤੇ ਦੁਆ ਸਾਡੇ ਵਾਸਤੇ ਤਾਂ ਜ਼ਰੂਰ ਕਰਨ ਦੇ
ਕਿ ਫਲਾਂ ਉਸਤਾਦ ਜਿਹੜਾ ਸਾਨੂੰ ਫਲਾਂ ਚੀਜ਼ ਦੱਸ ਗਿਆ ਸੀ ਅਤੇ ਮੈਂ ਉਹਨਾਂ ਦੋਸਤਾਂ ਅੱਗੇ ਰਿਕੁਐਸਟ ਉਸਤਾਦਾਂ ਅੱਗੇ ਕਰਨਾ ਕਿ ਉਹ ਆਪਦੇ ਸ਼ਾਗਿਰਦਾਂ ਨੂੰ ਇਸ ਕਾਬਲ ਜ਼ਰੂਰ ਬਣਾਵਣ ਔਰ ਦੱਸ ਜਾਣ ਚੀਜ਼ਾਂ ਨੂੰ ਕਿ ਕੱਲ੍ਹ ਨੂੰ ਉਹ ਕਿਸੇ ਦੇ ਕੋਲੋਂ ਕੋਈ ਚੀਜ਼ ਮੰਗਣ ਵਾਸਤੇ ਜਾ ਨਾ ਸਕਣ। ਅਤੇ ਦੂਸਰੀ ਮੇਰੀ ਰਿਕੁਐਸਟ ਹੈ ਉਹਨਾਂ ਸ਼ਾਗਿਰਦਾਂ ਦੇ ਅੱਗੇ ਜਿਹੜੇ ਸ਼ਾਗਿਰਦ ਇਹ ਜ਼ਿਹਨ ਔਰ ਸੋਚ ਦਿਮਾਗ ਰੱਖ ਕੇ ਉਸਤਾਦਾਂ ਦੇ ਨਾਲ ਉਸਤਾਦੀ ਸ਼ਾਗਿਰਦੀ ਕਰਨ ਜਾਂਦੇ ਨੇ ਕਿ ਅਸੀਂ ਉਸਤਾਦ ਨਾਲ ਸਿਰਫ ਫਰਾਡ ਕਰਨ ਦੇ ਹਵਾਲੇ ਨਾਲ 1,000-2,000 ਲਾ ਕੇ ਅਤੇ ਉਸਤਾਦ ਨੂੰ ਅਸੀਂ ਮੁੱਲ ਖਰੀਦ ਕੇ ਅਤੇ ਉਸ ਉਸਤਾਦ ਨੂੰ ਅਸੀਂ ਠੱਗਣ ਵਾਸਤੇ ਜਾ ਰਹੇ ਹਾਂ ਕਿ 1,000-2,000 ਲਾ ਕੇ ਉਹਨਾਂ ਦੇ ਸਿਰ 'ਤੇ ਇੱਕ ਸਾਫਾ ਬੰਨ੍ਹ ਕੇ ਅਤੇ ਅਸੀਂ ਜਿਹੜੀ ਉਹਨਾਂ ਦੀਆਂ ਸਾਲਾਂ ਦੀਆਂ ਮਿਹਨਤਾਂ ਕੀਤੀਆਂ ਹੋਈਆਂ ਅਤੇ ਜਿਹੜੇ ਉਹਨਾਂ ਖੇਲ ਪਾਣੀ ਉਸਤਾਦਾਂ ਕੋਲ ਲੈ ਨੇ ਜਿਹੜੇ ਕਬੂਤਰ ਬਣਾਏ ਨੇ ਉਹ ਤੁਸੀਂ ਉਹਨਾਂ ਕੋਲੋਂ ਠੱਗਣ ਵਾਸਤੇ ਜਾਂਦੇ ਜੇ। ਲਿਹਾਜ਼ਾ ਐਨ ਦੀ ਸੋਚ ਰੱਖ ਕੇ ਉਸਤਾਦੀ ਸ਼ਾਗਿਰਦੀ ਨਹੀਂ ਕਰਨੀ ਚਾਹੀਦੀ ਜਿਹਦੀ ਵਜ੍ਹਾ ਤੋਂ ਤੁਸੀਂ ਜ਼ਮਾਨੇ ਭਰ 'ਤੇ ਬਦਨਾਮ ਹੋ ਜਾਓ ਔਰ ਇੱਕ ਤੁਹਾਨੂੰ ਹਰ ਇੱਕ ਲਫ਼ ਇਨਸਾਨ ਗਲਤ ਲਫ਼ਜ਼ਾਂ ਨਾਲ ਪੁਕਾਰੇ ਔਰ ਇਹ ਕਹਣ ਕਿ ਫਲਾਂ ਬੰਦਾ ਜਿਹਨੇ ਆਪਣੇ ਉਸਤਾਦ ਨਾਲ ਠੱਗੀ ਕੀਤੀ ਹੈ ਧੋਖਾਬਾਜ਼ੀ ਕੀਤੀ ਹੈ। ਅਤੇ ਲਿਹਾਜ਼ਾ ਅੱਜ ਇਸ ਦੁਨੀਆ ਦੇ ਉੱਤੇ ਕਿਸੇ ਵੀ ਕੁਛ ਨਹੀਂ ਲੈ ਕੇ ਜਾਣਾ, ਸਾਰਾ ਕੁਛ ਜਿਹੜਾ ਇੱਥੇ ਹੀ ਰਹਿ ਜਾਣਾ। ਇਹ ਘਰ ਮਹੱਲ ਚਬਾਰੇ ਬਣਾਏ ਜਿਹੜੇ ਨੇ ਲੁੱਟ ਲਟਾ ਕੇ ਫਰਾਡ ਕਰਕੇ ਇਹ ਇੱਥੇ ਹੀ ਰਹਿ ਜਾਣੇ ਨੇ ਅਤੇ ਸਾਨੂੰ ਇਸ ਗੱਲ ਦਾ ਨਹੀਂ ਪਤਾ ਕੱਲ੍ਹ ਨੂੰ ਸਾਡੇ ਪਿੱਛੇ ਸਾਡੀ ਔਲਾਦ ਨੇ ਜਾ ਕੇ ਚਾਰ ਲਫ਼ਜ਼ ਵੀ ਪੜ੍ਹਨੇ ਨੇ ਹੱਥ ਚੁੱਕ ਕੇ, ਦੁਆ ਵੀ ਮੰਗਣੀ ਹੈ ਕਿ ਨਹੀਂ ਮੰਗਣੀ। ਅਤੇ ਲਿਹਾਜ਼ਾ ਅੱਜ ਮੇਰੀ ਇਹ ਵੀਡੀਓ ਕੁਛ ਬਣਾਉਣ ਦਾ ਇਹ ਮਕਸਦ ਹੈ ਕਿ ਅਗਰ ਕਿਸੇ ਦੇ ਬਾਰੇ ਚੰਗਾ ਨਹੀਂ ਸੋਚ ਸਕਦੇ ਤਾਂ ਮੰਦਾ ਵੀ ਨਹੀਂ ਸੋਚਣਾ ਚਾਹੀਦਾ। ਅਗਰ ਹਮੇਸ਼ਾ ਤੋਂ ਜਿਸ ਬੰਦੇ ਵਾਸਤੇ ਵੀ ਸੋਚੋ ਤਾਂ ਅੱਛਾ ਸੋਚੋ, ਜਿਹਦੀ ਵਜ੍ਹਾ ਤੋਂ ਤੁਹਾਡਾ ਅੱਜ ਦੁਨੀਆ 'ਤੇ ਇੱਕ ਨਾਂ ਹੈ ਉਹ ਕਿਹਨਾਂ ਦੀ ਵਜ੍ਹਾ ਤੋਂ ਹੈ, ਤੁਹਾਡੇ ਅੱਛੇ ਉਸਤਾਦਾਂ ਦੀ ਵਜ੍ਹਾ ਤੋਂ ਕਿ ਤੁਹਾਡੇ ਉਸਤਾਦ ਜਿਹੜੇ ਨੇ ਉਹਨਾਂ ਦਾ ਇੱਕ ਪੰਜਾਬ ਪਾਕਿਸਤਾਨ ਦੇ ਵਿੱਚ ਇੱਕ ਅੱਛਾ ਕਿਰਦਾਰ ਰਿਹਾ, ਜਿਹਦੀ ਵਜ੍ਹਾ ਤੋਂ ਉਹਨਾਂ ਇੱਕ ਆਪਣਾ ਨਾਂ ਬਣਾਇਆ। ਅਗਰ ਤੁਸੀਂ ਆਪਣਾ ਨਾਂ ਬਣਾਉਣਾ ਚਾਹੁੰਦੇ ਜੇ ਦੁਨੀਆ ਦੇ ਵਿੱਚ ਤਾਂ ਕੁਛ ਐਸੇ ਕੰਮ ਕਰੋ ਕਿ ਜਿਹਦੀ ਵਜ੍ਹਾ ਤੋਂ ਤੁਹਾਡਾ ਇੱਕ ਅੱਛਾ ਕਿਰਦਾਰ ਇੱਕ ਨਾਂ ਬਣ ਜਾਵੇ। ਜਦੋਂ ਤੁਹਾਡਾ ਅੱਛਾ ਕਿਰਦਾਰ ਹੋਵੇ ਤਾਂ ਤੁਹਾਡਾ ਅੱਛਾ ਨਾਂ ਬਣੇਗਾ। ਜਦੋਂ ਤੁਹਾਡਾ ਅੱਛਾ ਇੱਕ ਨਾਂ ਬਣ ਜਾਏਗਾ ਤਾਂ ਹਰ ਇੱਕ ਬੰਦੇ ਦੀ ਜ਼ਬਾਨ ਦੇ ਉੱਤੇ ਤੁਹਾਡਾ ਨਾਂ ਹੋਵੇਗਾ ਕਿ ਫਲਾਂ ਬੰਦਾ ਮੁਖਲਸ ਔਰ ਬੜਾ ਅੱਛਾ ਸ਼ੌਕੀਨ ਹਜ਼ਰਾਤ ਹੈ। ਅਤੇ ਹਮੇਸ਼ਾ ਅੱਜ ਦੀ ਮੇਰੀ ਵੀਡੀਓ ਕੁਛ ਬਣਾਉਣ ਦਾ ਇਹ ਮਕਸਦ ਸੀ। ਮੈਂ ਸਾਰੇ ਦੋਸਤਾਂ ਦਾ ਦਿਲ ਤੋਂ ਸ਼ੁਕਰੀਆ ਅਦਾ ਕਰਨਾ ਕਿ ਜਿਹੜੇ ਮੇਰੇ ਇਸ ਯੂਟਿਊਬ ਚੈਨਲ ਨਾਲ ਦਿਲੀ ਮੁਹੱਬਤ ਕਰਦੇ ਨੇ। ਦੂਸਰਾ ਚੜ੍ਹਦੇ ਪੰਜਾਬ ਦੇ ਜਿਹੜੇ ਦੋਸਤ ਨੇ ਮੈਂ ਦਿਲ ਤੋਂ ਉਹਨਾਂ ਦਾ ਸ਼ੁਕਰੀਆ ਔਰ ਧੰਨਵਾਦ ਕਰਨਾ ਕਿ ਜਿਹੜੇ ਮੇਰੇ ਇਸ ਯੂਟਿਊਬ ਚੈਨਲ ਨਾਲ ਦਿਲੀ ਮੁਹੱਬਤ ਕਰਦੇ ਨੇ। ਅਗਰ ਜਿਹੜੇ ਦੋਸਤ ਮੇਰੇ ਕਬੂਤਰਬਾਜ਼ੀ ਦੇ ਹਵਾਲੇ ਨਾਲ ਸਿੱਖਣਾ ਚਾਹੁੰਦੇ ਨੇ ਉਹ ਮੇਰੇ ਯੂਟਿਊਬ ਚੈਨਲ ਦੇ ਉੱਤੇ ਉਹਨਾਂ ਨੂੰ ਵਟਸਐਪ ਨੰਬਰ ਮਿਲ ਜਾਏਗਾ, ਉਹ ਮੇਰੇ ਨਾਲ ਰਾਬਤਾ ਕਰਕੇ ਮੇਰੇ ਗਰੁੱਪ ਦੇ ਵਿੱਚ ਕਬੂਤਰਬਾਜ਼ੀ ਦੀਆਂ ਬਹੁਤ ਅੱਛੀਆਂ ਅੱਛੀਆਂ ਗੱਲਾਂ ਸਿੱਖ ਸਕਦੇ ਨੇ ਬੇਲੋਸ। ਕਿਸਾ ਕੋਈ ਇੱਦਾਂ ਫੀਸ ਨਹੀਂ ਅਦਾ ਤੁਹਾਨੂੰ ਕਰਨੀ ਪੈਦੀ। ਅੱਜ ਕੁਛ ਲੋਕ ਨੇ ਜਿਹੜੇ ਫੇਕ ਆਈਡੀਆਂ ਬਣਾ ਕੇ ਆਪਣੇ ਚੈਨਲ ਬਣਾ ਕੇ ਅਤੇ ਸਾਡੇ ਰੰਗੇ ਗਰੀਬਾਂ ਦੀਆਂ ਵੀਡੀਓ ਚੁੱਕ ਕੇ ਅਤੇ ਦੇਖ ਕੇ ਤਾਂ ਲੋਕਾਂ ਨੂੰ ਲੈਕਚਰ ਦਿੰਦੇ ਨੇ, ਦੱਸਦੇ ਨੇ ਅਤੇ ਹਜ਼ਾਰਾਂ ਰੁਪਈਏ ਫੀਸਾਂ ਲੈ ਰਹੇ ਨੇ। ਅਤੇ ਮੈਂ ਹੱਥ ਜੋੜ ਕੇ ਉਹਨਾਂ ਦੀ ਅੱਗੇ ਰਿਕੁਐਸਟ ਕਰਨਾ ਕਿ ਐਸੇ ਲੋਕਾਂ ਦੇ ਕੋਲੋਂ ਤੁਸੀਂ ਬਚ ਜਾਵੋ, ਤੁਹਾਨੂੰ ਕੁਛ ਵੀ ਨਹੀਂ ਲੱਭਣਾ। ਇਹ ਜੇ ਲੋਕਾਂ ਦੇ ਕੋਲੋਂ ਤੁਹਾਨੂੰ ਕੁਝ ਵੀ ਨਹੀਂ ਲੱਭਣਾ ਜਿਨ੍ਹਾਂ ਦੇ ਪਿੱਛੇ ਤੁਸੀਂ ਭੱਜ ਰਹੇ ਜੇ, ਟਾਈਮ ਜ਼ਾਇਆ ਕਰ ਰਹੇ ਜੇ। ਹਮੇਸ਼ਾ ਤੋਂ ਉਸ ਬੰਦੇ ਦੇ ਨਾਲ ਤੁਸੀਂ ਜੁੜੋ ਜਿਹੜਾ ਮੁਖਲਸ ਆਦਮੀ ਹੋਵੇ, ਜਿਹੜਾ ਤੁਹਾਨੂੰ ਅੱਛੀ ਕਬੂਤਰਬਾਜ਼ੀ ਦੱਸਣ ਜਾਵੇ, ਉਸ ਬੰਦੇ ਦੇ ਨਾਲ ਅਟੈਚ ਰਹੋ। ਹਮੇਸ਼ਾ ਤੁਹਾਨੂੰ ਉਹ ਇਸ ਸਟੇਜ 'ਤੇ ਇੱਕ ਦਿਨ ਲੈ ਕੇ ਜਾਵੇਗਾ ਉਹ ਬੰਦਾ
ਜਿਹੜਾ ਤੁਹਾਨੂੰ ਅੱਛਾ ਗਾਈਡ ਕਰੇਗਾ ਔਰ ਕਬੂਤਰਬਾਜ਼ੀ ਦੇ ਹਵਾਲੇ ਨਾਲ ਅੱਛੀਆਂ ਅੱਛੀਆਂ ਤੁਹਾਨੂੰ ਟਿੱਪਾਂ ਦੇਦਾ। ਤੇ ਮਿਹਨਤ ਕਰਨਾ ਅੱਜ ਦੀ ਮੇਰੀ ਵੀਡੀਓ ਮੇਰੇ ਚੜ੍ਹਦੇ ਪੰਜਾਬ ਤੇ ਔਰ ਲਹਿੰਦੇ ਪੰਜਾਬ ਦੇ ਦੋਸਤਾਂ ਨੂੰ ਬਹੁਤ ਚੰਗੀ ਲੱਗੇਗੀ। ਤੇ ਇਸ ਗੱਲਾਂ ਨੂੰ ਖਤਮ ਕਰਦਿਆਂ ਹੋਇਆਂ ਮੈਂ ਉਹਨਾਂ ਦੋਸਤਾਂ ਦੇ ਕੋਲੋਂ ਇਜਾਜ਼ਤ ਚਾਹੁੰਦਾ। ਤੁਹਾਡਾ ਵੀਰ ਮਲਕ ਮਕਸੂਦ ਅਫੀਸ਼ਲ ਯੂਟਿਊਬ ਚੈਨਲ ਦੇ ਨਾਂ ਤੋਂ ਇਜਾਜ਼ਤ ਚਾਹੁੰਦਾ ਤੇ ਦੁਆਵਾਂ 'ਚ ਯਾਦ ਰੱਖਿਆ ਜੇ। ਅੱਲਾ ਹਾਫਿਜ਼।